गढ़शंकर इलाके विच लगातार हो रही लुट्टा खोहा ते चोरी दीआं वारदातां विच लगातार वाधा हो रहा है। बीती रात गढ़शंकर दे पिंड ललिया विखे रविदास गुरुद्वारे विचों गोलक लैके चोर फरार हो गए, जिसकी सीसीटीवी फुटेज भी सामने आई हैं। इस संबंध विच गढ़शंकर थाना पुलिस ने मौके ते जायजा लैके कार्रवाई शुरू कर दी है। जानकारी देंदे हुए किशोर चंद प्रधान प्रबंधक कमेटी अते पिंड वासियां ने दस्सिया कि सवेरे ग्रंथी जदों गुरुद्वारा साहिब विखे रोज दी तरह पाठ करन गया तां दरवाजे का ताला टुटिया होया सी। जदों गुरुद्वारे दे अंदर जाके देखा तां गोलक अपनी थां तों गायब सी। उन्हें दस्सिया कि गोलक दे विच लगभग 33,000 रुपए की नकदी सी, जिसनों चोर लैके फरार हो गए। गुरुद्वारे की गोलक चोरी करने की वारदात सीसीटीवी कैमरे विच कैद हो गई। इस संबंध दे विच थाना गढ़शंकर दे SHO करनैल सिंह ने दस्सिया कि उन्हां वल्लों मौके ते पहुंच के सीसीटीवी कब्जे विच लैके पड़ताल की जा रही है। ਜਿਹੜਾ ਕੁੰਨੀਆਂ ਵਾਲਾ ਕੈਮਰਾ ਉਹ ਤੇਰੇ ਮੋਬਾਈਲ ਨਾਲ ਟੱਚ ਹੈਗਾ? ਨਹੀਂ ਨਹੀਂ ਮੇਰੇ ਫੋਨ ਨਾਲ ਹੀ ਹੈਗਾ ਜੀ। ਕਿਹਦੇ ਕੋਲ? ਤੀਲੇ ਡੱਬੀ ਲਾਉਂਦਾ। ਦੇਖਦਾ ਕਿੰਨੇ ਗੌਰ ਨਾਲ ਵਿੱਚ ਹੈਗੇ ਵੀ ਆ। ਹਾਂ ਗਿਆ ਜਾ ਗਿਆ, ਮੋਬਾਈਲ ਬੰਦ ਕੀਤਾ। ਮੋਬਾਈਲ ਪਤਾ ਨਹੀਂ ਕੀ ਆ, ਕੈਮਰੇ ਵਾਲੇ ਵੀ ਦੇਖਦਾ। ਜਦ ਇੱਥੇ ਇਹਨਾਂ ਨੂੰ ਕਹਿੰਦੇ ਆ ਨਾ ਵੀ ਆਓ ਯਾਰ ਜਿਹਦੀ ਕੁ ਬੈਠੋ, ਉਹ ਯਾਰ ਕਰ ਲਾ ਤੁਸੀਂ, ਬਸ ਇਹ ਨਹੀਂ ਹੈ ਵੀ ਇੰਟਰਸਟ ਲੈਂਦੇ ਹੀ ਨਹੀਂ। ਮੇਰੇ ਥੋੜ੍ਹੇ ਹੋਏ ਤਾਂ ਕੱਢ ਲਿਆ। ਮੈਂ ਕਿਸ਼ੋਰ ਚੰਦ ਪਿੰਡ ਲੱਲੀਆਂ ਜੀ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਰਜਿਸਟਰਡ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਜੀ। ਅਤੇ ਅਸੀਂ ਸਵੇਰੇ 4:30 ਵਜੇ ਪਾਠੀ ਆਇਆ, ਪਾਠ ਉਹਨੇ ਪ੍ਰਕਾਸ਼ ਕਰਨਾ ਸੀ ਅਤੇ ਜਦੋਂ ਆਇਆ ਤਾਂ ਉਹਨੇ ਦੇਖਿਆ ਆ ਕੇ ਇੱਥੇ ਬਾਹਰਲੇ ਗੇਟ ਮੋਹਰੇ ਜੀ ਕਿ ਗੇਟ ਖੁੱਲ੍ਹਾ ਸੀਗਾ, ਤਾਲਾ ਟੁੱਟਿਆ ਸੀ। ਜਦੋਂ ਅੰਦਰ ਵੜ ਕੇ ਉਹਨੇ ਦੇਖਿਆ ਤਾਂ ਤਾਲਾ ਜਿਹੜਾ ਪਿਆ ਸੀਗਾ ਥੱਲੇ, ਉਹਨੇ ਸਾਨੂੰ ਫੋਨ ਕੀਤਾ। ਜਦੋਂ ਫੋਨ ਕੀਤਾ ਤਾਂ ਅਸੀਂ ਪਿੰਡ ਵਾਸੀਆਂ ਨੂੰ ਦੱਸਿਆ, ਜਿਹੜੇ ਪੰਚਾਇਤ ਦੇ ਆਪਣੇ ਬੰਦੇ ਸੀਗੇ ਕਮੇਟੀ ਦੇ, ਸਾਰੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਇਤਲਾਹ ਕੀਤੀ ਜੀ, ਅਤੇ ਪੁਲਿਸ ਮੌਕੇ 'ਤੇ ਆ ਗਈ। ਨੁਕਸਾਨ ਸਾਡਾ ਜਿਹੜਾ ਉਹ ਚੋਰ ਬੜਿਆ ਉਹ ਗੋਲਕ ਜਿਹੜੀ ਸੀਗੀ ਸੁਮੇਧ ਗੋਲਕ ਉਹ ਲੈ ਗਿਆ ਜੀ, ਵਿੱਚੇ ਪੈਸਾ ਪੈਸਾ ਤਕਰੀਬ 32-33 ਹਜ਼ਾਰ ਰੁਪਇਆ ਹੋਵੇਗਾ। ਅਤੇ ਅਸੀਂ ਤਾਂ ਮੰਗ ਸਰ ਜੀ ਇਹੀ ਕਰਦੇ ਹਾਂ ਕਿ ਉਹ ਚੋਰ ਨੂੰ ਪਕੜਿਆ ਜਾਵੇ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਜਿਹੜਾ ਗਾਹਾਂ ਨੂੰ ਕੋਈ ਇੱਦਾਂ ਦਾ ਵਾਕਿਆ ਨਾ ਕਰੇ। ਅਸੀਂ ਕਹਾਂਗੇ ਕਿ ਜਿਹੜਾ ਅੱਜ ਕਾਂਡ ਹੋਇਆ ਕਾਲੇਵਾਲ ਲੱਲੀਆਂ ਗੁਰਦੁਆਰਾ ਸਾਹਿਬ ਵਿਖੇ, ਬਹੁਤ ਹੀ ਮਨਭਾਗੀ ਘਟਨਾ ਹੈ। ਇਹ ਅੱਗੇ ਵੀ ਪਹਿਲਾਂ ਵੀ ਹੋ ਚੁੱਕੀ ਹੈ ਬਹੁਤ ਜ਼ਿਆਦਾ, ਅਤੇ ਗੁਰਦੁਆਰਾ ਸਾਹਿਬ ਦਾ ਹੋਰ ਵੀ ਜਿਹੜਾ ਜਗ੍ਹਾ ਹੋਈਆਂ ਹੋਣਗੀਆਂ, ਲੇਕਿਨ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇਸ ਚੀਜ਼ ਨੂੰ ਜਿਹੜਾ ਟਰੇਸ ਕਰਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਚੋਰਾਂ ਨੂੰ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ। ਉਹ ਅੱਜ ਇੱਕ ਸਵੇਰੇ ਸੂਚਨਾ ਮਿਲੀ ਸੀ ਕਿ ਲੱਲੀਆਂ ਪਿੰਡ ਗੁਰੂ ਘਰ ਦੇ ਵਿੱਚ ਕੋਈ ਬੰਦਾ ਐਂਟਰ ਕੀਤਾ ਅਤੇ ਜਿਹਨੇ ਉੱਥੇ ਜਿਹੜਾ ਹੈਗਾ ਆ ਪੈਸੇ ਜਿਹੜੇ ਚੁਰਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਸੰਬੰਧ ਵਿੱਚ ਸਾਡੇ ASI ਹਰਭਜਨ ਸਿੰਘ ਮੌਕੇ 'ਤੇ ਗਏ ਸੀ। ਜਿਹੜੇ CCTV ਵਗੈਰਾ ਫੁਟੇਜ ਕੁਛ ਮਸੂਲ ਹੋਈਆਂ ਉਹਨੂੰ ਚੈੱਕ ਕਰਕੇ ਅਤੇ ਉਹਦੇ ਆਧਾਰ ਦੇ ਉੱਤੇ ਜਿਹੜੇ ਵੀ ਆ ਸ਼ੱਕੀ ਵਿਅਕਤੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਅਤੇ ਇਹਦੇ ਖਿਲਾਫ਼ ਜਿਹੜੀ ਬਣਦੀ ਕਰਨੀ।